everyone welcome to bright success students ajj assi history de mcq karange jide vich assi maddkalin itihas bare padange theek hai ji ta ki hai pehla question hega kende vi somnath mandir nu ghazni de mahmud ne dash vich lutya si char option ne apne kol ਹੁਣ ਚਾਰਾਂ ਦੇ ਵਿੱਚ ਆਪਾਂ ਦੇਖਣਾ ਕਿ ਸਹੀ ਆਪਸ਼ਨ ਕੀ ਹੈ ਆਪਸ਼ਨ ਨੰਬਰ ਏ ਦੇ ਵਿੱਚ ਦਿੱਤਾ ਉਹਨਾਂ ਨੇ ਕਿ 10025 ਈਸਵੀ ਦੇ ਵਿੱਚ 10027 ਈਸਵੀ ਦੇ ਵਿੱਚ 10021 ਈਸਵੀ ਦੇ ਵਿੱਚ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹੁਣ ਆਪਾਂ ਇਹ ਦੇਖਣਾ ਕਿ ਇਹਦਾ ਰਾਈਟ ਆਪਸ਼ਨ ਆ ਜਿਹੜਾ ਉਹ ਕੀ ਹੈਗਾ ਕਹਿੰਦੇ ਵੀ ਸੋਮਨਾਥ ਨੇ ਜਦੋਂ ਮੰਦਰ ਨੂੰ ਸੋਮਨਾਥ ਮੰਦਰ ਨੂੰ ਵੀ ਜਦੋਂ ਮਹਿਮੂਦ ਗਜ਼ਨਵੀ ਸੀਗਾ ਜਿਹੜਾ ਵੀ ਉਹਨੇ ਲੁੱਟਿਆ ਸੀ ਉਹਨਾਂ ਲੁੱਟਾ ਸੀ 1025 ਦੇ ਵਿੱਚ ਠੀਕ ਆ ਅਗਲਾ ਕੁਐਸਚਨ ਹੈ ਕਹਿੰਦੇ ਵੀ ਗਜ਼ਨੀ ਦੇ ਮਹਿਮੂਦ ਨੇ ਹਿੰਦੂ ਸ਼ਾਹੀ ਵੰਚ ਦੇ ਸ਼ਾਸਕ ਡੈਸ਼ ਨੂੰ ਹਰਾਇਆ ਹੁਣ ਕਿਹੜਾ ਸ਼ਾਸਕ ਸੀ ਜਿਸ ਨੂੰ ਮਹਿਮੂਦ ਗਜ਼ਨੀ ਨੇ ਜਾਂ ਇਹਨੂੰ ਗਜ਼ਨਵੀ ਵੀ ਕਹਿ ਦਿੰਦੇ ਆ ਵੀ ਜਿਹਨੇ ਹਰਾਇਆ ਤਾਂ ਜੈ ਚੰਦ ਨੂੰ ਜੈਪਾਲ ਨੂੰ ਰਾਸਪਾਲ ਨੂੰ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਉਸਨੇ ਹਰਾਇਆ ਸੀ ਜੈਪਾਲ ਨੂੰ ਠੀਕ ਆ ਨੈਕਸਟ ਹੈ ਇੰਦੇ ਇਹ ਯੁੱਧ ਮੁਹੰਮਦ ਬਿਨ ਕਾਸਮ ਅਤੇ ਸਿੰਧ ਦੇ ਸ਼ਾਸਕ ਦਾਹਰ ਵਿਚਕਾਰ ਲੜਿਆ ਗਿਆ ਸੀ ਤਾਂ ਇਹਦੇ ਵਿੱਚ ਆਪਣੇ ਕੋਲ ਚਾਰ ਆਪਸ਼ਨ ਨੇ ਆਪਸ਼ਨ ਨੰਬਰ A ਹੈ ਰਾਵਰ ਦਾ ਯੁੱਧ ਆਪਸ਼ਨ ਨੰਬਰ B ਹੈ ਸਿੰਧ ਦਾ ਯੁੱਧ ਆਪਸ਼ਨ ਨੰਬਰ D ਹੈ ਅਰਬ ਦਾ ਯੁੱਧ ਆਪਸ਼ਨ ਨੰਬਰ C ਹੈ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹਦੇ ਵਿੱਚ ਕੀ ਹੈਗਾ ਜੋ ਆਪਣਾ ਰਾਈਟ ਆਪਸ਼ਨ ਹੈ ਉਹ ਹੈ ਆਪਸ਼ਨ ਨੰਬਰ A ਕਿ ਰਾਵਰ ਦਾ ਜਿਹੜਾ ਯੁੱਧ ਹੈਗਾ ਉਹ ਲੜਾਇਆ ਗਿਆ ਸੀ ਮੁਹੰਮਦ ਬਿਨ ਕਾਸਮਾ ਤੇ ਸਿੰਧ ਦੇ ਸ਼ਾਸਕ ਵਿਚਕਾਰ ਨੈਕਸਟ ਕੁਐਸਚਨ ਹੈ ਕਹਿੰਦੇ ਸਿੰਧ ਦੀ ਅਰਬ ਵਿਜੇ ਡੈਸ਼ ਨੇ 712 ਈਸਵੀ ਵਿੱਚ ਕੀਤਾ ਸੀ ਚਾਰ ਆਪਸ਼ਨਾਂ ਕਹਿੰਦੇ ਮੁਹੰਮਦ ਬਿਨ ਕਾਸਮਾ ਮੁਹੰਮਦ ਗੋਰੀ ਮਹਿਮੂਦ ਗਜ਼ਨਵੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਕੀ ਹੈਗਾ ਵੀ ਸਿੰਧ ਦੀ ਜੋ ਅਰਬ ਵਿਜੇ ਸੀਗੀ ਉਹ ਕੀਤੀ ਸੀਗੀ ਮੁਹੰਮਦ ਬਿਨ ਕਾਸਮ ਨੇ 1712 ਈਸਵੀ ਦੇ ਵਿੱਚ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਐਮਸੀਕਿਊ ਨੇ ਇਹ ਨੈਕਸਟ ਹੈ ਕਹਿੰਦੇ ਭਾਰਤ ਤੇ ਅਕਰਮਣ ਕਰਨ ਵਾਲਾ ਪਹਿਲਾ ਤੁਰਕ ਕਿਹੜਾ ਸੀ ਤਾਂ ਜੋ ਪਹਿਲਾ ਤੁਰਕ ਸੀਗਾ ਉਹ ਸੀ ਮੁਹੰਮਦ ਗੋਰੀ ਠੀਕ ਹੈ ਨੈਕਸਟ ਹੈ ਮਹਿਮੂਦ ਗਜ਼ਨਵੀ ਨੇ 1000 ਤੋਂ 1026 ਵਿੱਚ ਭਾਰਤ ਤੇ ਡੈਸ਼ ਅਕਰਮਣ ਕੀਤੇ ਮਹਿਮੂਦ ਗਜ਼ਨਵੀ ਨੇ ਭਾਰਤ ਤੇ ਕਿੰਨੇ ਹਮਲੇ ਕੀਤੇ ਮਹਿਮੂਦ ਗਜ਼ਨਵੀ ਨੇ ਜੋ ਹਮਲੇ ਕੀਤੇ ਸੀ ਉਹ ਸੀਗੇ 17 ਠੀਕ ਆ 17 ਵਾਰ ਜਿਹੜੇ ਹਮਲੇ ਸੀਗੇ ਉਹ ਭਾਰਤ ਤੇ ਕੀਤੇ ਗਏ ਨੈਕਸਟ ਹੈ ਦਾ ਫਾਊਂਡਰ ਆਫ ਗਜ਼ਨੀ ਡਾਇਨਸਟੀ ਮਤਲਬ ਕਿ ਗਜ਼ਨੀ ਵੰਸ਼ ਦਾ ਫਾਊਂਡਰ ਕੌਣ ਸੀ ਜਾਂ ਸੰਸਥਾਪਕ ਕਹਿ ਸਕਦੇ ਆ ਚਾਰ ਆਪਸ਼ਨ ਆਪਣੇ ਕੋਲੇ ਆਪਾਂ ਦੇਖਣਾ ਕਿ ਇਹਨਾਂ ਦੇ ਵਿੱਚੋਂ ਰਾਈਟ ਆਪਸ਼ਨ ਕੀ ਹੈ ਤਾਂ ਚਾਰਾਂ ਦੇ ਵਿੱਚੋਂ ਜੋ ਸਹੀ ਆਪਸ਼ਨ ਹੈ ਜੀ ਉਹ ਹੈ ਸੁਬਕ ਤਗੀਨ ਜੋ ਗਜਨੀ ਵੰਛ ਦਾ ਫਾਊਂਡਰ ਸੀਗਾ ਠੀਕ ਆ ਨੈਕਸਟ ਹੈ ਸ਼ਾਹਨਾਮਾ ਕਿਸ ਦੁਆਰਾ ਲਿਖਿਆ ਗਿਆ ਤਾਂ ਸ਼ਾਹਨਾਮਾ ਚਾਰ ਆਪਸ਼ਨ ਨੇ ਫਿਰਦौसी ਹਰੀਸਨ ਇਬਨ ਬਤੂਤਾ ਇਹਨਾਂ ਵਿੱਚੋਂ ਕੋਈ ਨਹੀਂ 8 ਨੰਬਰ ਦਾ ਜੋ ਰਾਈਟ ਆਪਸ਼ਨ ਹੈ ਉਹ ਹੈ ਫਿਰਦौसी ਠੀਕ ਆ ਨੈਕਸਟ ਕੁਐਸਚਨ ਹੈ ਨੋ ਨੰਬਰ ਕਹਿੰਦੇ ਵੀ ਜਾਟਾ ਨੂੰ ਸਜ਼ਾ ਦੇਣ ਲਈ ਮਹਿਮੂਦ ਡੈਸ਼ ਵਿੱਚ ਆਖਰੀ ਵਾਰ ਭਾਰਤ ਆਇਆ ਕਦੋਂ ਭਾਰਤ ਆਇਆ ਸੀ ਜਾਟਾ ਨੂੰ ਸਜ਼ਾ ਦੇਣ ਲਈ 1027 ਦੇ ਵਿੱਚ ਠੀਕ ਹੈ ਜੀ ਨੈਕਸਟ ਹੈ ਕਿੰਨੇ ਤਰਾਇਨ ਦੇ ਪਹਿਲੇ ਯੁੱਧ ਵਿੱਚ ਮੁਹੰਮਦ ਗੋਰੀ ਦੀ ਹਾਰ ਹੋਈ ਸੀ ਕਿਹਦੇ ਨਾਲ ਜਿਹੜਾ ਤਰਾਇਨ ਦਾ ਯੁੱਧ ਸੀਗਾ ਮੁਹੰਮਦ ਗੋਰੀ ਦਾ ਲੜਿਆ ਗਿਆ ਤਾਂ ਉਹ ਲੜਿਆ ਗਿਆ ਸੀ ਪ੍ਰਿਥਵੀ ਰਾਜ ਚੋਹਾਨ ਨਾਲ ਨੈਕਸਟ ਹੈ ਮੁਹੰਮਦ ਗੋਰੀ ਦਾ ਸੈਨਾਪਤੀ ਕੌਣ ਸੀ ਚਾਰ ਆਪਸ਼ਨ ਨੇ ਜੋ ਸਹੀ ਹੈ ਉਹ ਹੈ ਕੁਤਬਦੀਨ ਐਬਕ ਨੈਕਸਟ ਹੈ ਜੀ ਮਹਿਮੂਦ ਦੇ ਅਕਰਮਣ ਅਭਿਆਸ ਦਰਨ ਪਸ਼ਾਵਰ ਵਿੱਚ ਪਹਿਲੀ ਹਾਰ ਕਿਸ ਨੂੰ ਮਿਲੀ ਚਾਰ ਆਪਸ਼ਨ ਨੇ ਆਪਣੇ ਕੋਲ ਤਾਂ ਆਪ ਦੇਖਣਾ ਕਿ ਪਹਿਲੀ ਹਾਰ ਸੀ ਜਿਹੜੀ ਉਹ ਕਿਹਨੂੰ ਮਿਲੀ ਸੀ ਤਾਂ ਉਹ ਮਿਲੀ ਸੀ ਜੈਪਾਲ ਨੂੰ ਨੈਕਸਟ ਹੈ ਜਦੋਂ ਮਹਿਮੂਦ ਨੇ ਸੋਮਨਾਥ ਮੰਦਿਰ ਤੇ ਅਕਰਮਣ ਕੀਤਾ ਤਾਂ ਗੁਜਰਾਤ ਦਾ ਸ਼ਾਸਕ ਕੌਣ ਸੀ ਚਾਰ ਆਪਸ਼ਨ ਨੇ ਆਪਣੇ ਕੋਲੇ ਸੁਖਪਾਲ ਜੈਪਾਲ ਅਮੋਗਵਰਸ਼ ਜਾਂ ਭੀਮਦੇਵ ਤਾਂ ਕੌਣ ਸੀਗਾ ਜੋ ਗੁਜਰਾਤ ਦਾ ਉਸ ਟਾਈਮ ਸ਼ਾਸਕ ਸੀ ਤਾਂ ਉਹ ਸੀ ਭੀਮਦੇਵ ਨੈਕਸਟ ਤਰਾਇਨ ਦਾ ਪਹਿਲਾ ਯੁੱਧ ਕਿਹੜੇ ਸਾਲ ਵਿੱਚ ਹੋਇਆ ਸੀ ਤਰਾਇਨ ਦਾ ਜੋ ਪਹਿਲਾ ਯੁੱਧ ਸੀ ਜੀ ਉਹ ਹੋਇਆ ਸੀ 1191 ਦੇ ਵਿੱਚ ਦੂਸਰਾ ਜੁੱਧ ਪੁੱਛਿਆ ਨੈਕਸਟ ਕੁਐਸਚਨ ਦੇ ਵਿੱਚ ਉਹਨਾਂ ਨੇ ਤਾਂ ਦੂਸਰਾ ਜੁੱਧ ਵੀ 1192 ਦੇ ਵਿੱਚ ਹੋਇਆ ਸੀ ਨੈਕਸਟ ਆ ਗਈ ਚੰਦਾਵਰ ਵਾਰ ਕਿੰਨਾ ਕਿੰਨਾਂ ਦੇ ਵਿਚਕਾਰ ਹੋਈ ਤਾਂ ਇਹ ਵਾਰ ਸੀਗੀ ਜਿਹੜੀ ਚਾਰ ਆਪਸ਼ਨ ਨੇ ਆਪਣੇ ਕੋਲ ਹੁਣ ਆਪਾਂ ਇਹ ਦੇਖਣਾ ਕਿ ਸਾਡਾ ਜੋ ਰਾਈਟ ਆਪਸ਼ਨ ਉਹ ਕੀ ਆਵੇਗਾ ਤਾਂ ਇਹ ਵਾਰ ਹੋਈ ਸੀ ਮੁਹੰਮਦ ਗੋਰੀ ਤੇ ਜੈਜੰਦਰ ਦੇ ਵਿੱਚ ਨੈਕਸਟ ਹੈ 1202 ਵਿੱਚ ਵਿਕਰਮਾਸ਼ੀਲ ਅਤੇ 1203 ਵਿੱਚ ਏਡੀ ਵਿੱਚ ਨਲੰਦਾ ਵਿਸ਼ ਨਲੰਦਾ ਵਿਸ਼ਵ ਵਿਦਿਆਲੇ ਨੂੰ ਕਿਸ ਨੇ ਤੋੜਿਆ ਤਾਂ ਨਲੰਦਾ ਵਿਸ਼ਵ ਵਿਦਿਆਲੇ ਨੂੰ ਤੋੜਿਆ ਸੀ ਜਿਸ ਨੇ ਉਹ ਸੀਗਾ ਬਖਤਿਆਰ ਖਿਲਜੀ ਨੈਕਸਟ ਹੈ ਕুতুবਦੀਨ ਐਬਕ ਨੇ ਮੁਹੰਮਦ ਗੋਰੀ ਦੀ ਮੌਤ ਤੋਂ ਬਾਅਦ ਡੈਸ਼ ਦੀ ਸਥਾਪਨਾ ਕੀਤੀ ਕুতুবਦੀਨ ਐਬਕ ਨੇ ਜੋ ਸਥਾਪਨਾ ਕੀਤੀ ਸੀ ਤਾਂ ਉਹ ਕੀਤੀ ਸੀ ਗੁਲਾਮਾਂਚ ਦੀ ਨੈਕਸਟ ਹੈ ਮਹਿਮੂਦ ਗਜ਼ਨਵੀ ਦੁਆਰਾ ਧਾਰਨ ਕੀਤੀ ਗਈ ਉਪਾਧੀ ਸੀ ਕਿਹੜੀ ਉਪਾਧੀ ਸੀ ਜਿਹੜੀ ਮਹਿਮੂਦ ਗਜ਼ਨਵੀ ਨੇ ਧਾਰਨ ਕੀਤੀ ਸੀ ਚਾਰ অপਸ਼ਨ ਨੇ ਆਪਣੇ ਕੋਲ ਪਹਿਲਾ ਹੈ ਜਾਮੀਨ ਉਦਦੁੱਲਾ ਦੂਜਾ ਹੈ ਬੁਖਤ ਸ਼ਿਕਨ ਤੀਜਾ ਹੈ ਗਜਨੀ ਚੌਥਾ ਇਹ ਸਾਰੇ ਤਾਂ ਇਸ ਦਾ অপਸ਼ਨ ਆਵੇਗਾ ਡੀ ਸਾਰੇ ਹੀ ਨੈਕਸਟ ਕੁਐਸਚਨ ਹੈ ਜੀ ਭਾਰਤ ਵਿੱਚ ਕਿਹੜੇ ਸ਼ਾਸਕ ਨੇ ਪਹਿਲੀ ਵਾਰ ਜਜ਼ੀਆ ਕਾਰ ਸ਼ੁਰੂ ਕੀਤਾ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਆ ਤਾਂ ਜਿਸ ਸ਼ਾਸਕ ਨੇ ਜਜ਼ੀਆ ਕਾਰ ਸ਼ੁਰੂ ਕੀਤਾ ਸੀ ਉਸੀ ਮੁਹੰਮਦ ਬਿਨ ਕਾਸਮ ਠੀਕ ਆ ਨੈਕਸਟ ਹੈ 21 ਨੰਬਰ ਕੁਐਸਚਨ ਕਹਿੰਦੇ ਮਹਿਮੂਦ ਗਜ਼ਨਵੀ ਨੇ ਥਾਣੇ ਸਰ ਤੇ ਹਮਲਾ ਕੀਤਾ ਤਾਂ ਮਹਿਮੂਦ ਗਜ਼ਨਵੀ ਨੇ ਜੋ ਹਮਲਾ ਕੀਤਾ ਸੀ ਉਹ ਕੀਤਾ ਸੀ 1014 ਈਸਵੀ ਦੇ ਵਿੱਚ ਨੈਕਸਟ ਹੈ ਬਾਈ ਨੰਬਰ ਕੁਐਸਚਨ ਵੀ ਉੱਤਰੀ ਭਾਰਤ ਤੇ ਹਮਲਾ ਕਰਨ ਵਾਲਾ ਪਹਿਲਾ ਮੁਸਲਮ ਸ਼ਾਸਕ ਕੌਣ ਸੀ ਉੱਤਰੀ ਭਾਰਤ ਤੇ ਹਮਲਾ ਕਰਨ ਵਾਲਾ ਜੋ ਪਹਿਲਾ ਮੁਸਲਮਾਨ ਸ਼ਾਸਕ ਸੀ ਉਹ ਸੀ ਮੁਹਮੂਦ ਮੁਹੰਮਦ ਗਜ਼ਨਵੀ ਨੈਕਸਟ ਟਾਈਮ ਮਹਮੂਦ ਗਜ਼ਨਵੀ ਨੂੰ ਕਿਹੜੇ ਚੰਦੇਲ ਸ਼ਾਸਕ ਨੇ ਹਰਾਇਆ ਸੀ ਤਾਂ ਉਹ ਚੰਦੇਲ ਸ਼ਾਸਕ ਸੀ ਵਿਦਿਆਤਾਰ ਨੈਕਸਟ ਟਾਈਮ ਮਹਮੂਦ ਗਜ਼ਨਵੀ ਨੇ ਸੋਮਨਾਥ ਦੇ ਮੰਦਿਰ ਤੇ ਕਿੰਨੀ ਧਨ ਰਾਸ਼ੀ ਜਿੱਤੀ ਉਮਰਖ ਦੇ ਮੰਦਰ ਨੂੰ ਟਾ ਕੇ ਉਹਨੇ ਕਿੰਨਾ ਪੈਸਾ ਸੀਗਾ ਜਿਹੜਾ ਉਹ ਜਿੱਤਿਆ ਸੀਗਾ ਤਾਂ ਉਹ ਜਿੱਤਿਆ ਸੀਗਾ 7 ਮਿਲੀਅਨ ਦਿਨਾਰ ਸੌਰੀ 2 ਮਿਲੀਅਨ ਦਿਨਾਰ অপਸ਼ਨ ਨੰਬਰ ਬੀ ਇਸ ਦਾ ਰਾਈਟ ਆਪਸ਼ਨ ਹੈ ਨੈਕਸਟ ਹੈ ਉਹ ਕਿਹੜਾ ਵਿਦਵਾਨ ਸੀ ਜੋ ਗਜਨੀ ਦੇ ਮਹਿਮੂਦ ਨਾਲ ਭਾਰਤ ਆਇਆ ਸੀ ਗਜਨੀ ਦੇ ਮਹਿਮੂਦ ਨਾਲ ਭਾਰਤ ਆਇਆ ਸੀ ਜਿਹੜਾ ਉਹ ਸੀਗਾ ਅਲਬਰੋਨੀ ਅਗਲਾ ਕੁਐਸਚਨ ਹੈ ਜੀ ਵਿਦਵਾਨ ਅਲਬਰੂਨੀ ਨੇ ਕਿਹੜੀ ਪ੍ਰਸਿੱਧ ਕਿਤਾਬ ਦੀ ਰਚਨਾ ਕੀਤੀ ਅਲਬਰੂਨੀ ਨੇ ਜਿਸ ਪ੍ਰਸਿੱਧ ਕਿਤਾਬ ਦੀ ਰਚਨਾ ਕੀਤੀ ਸੀ ਉਹ ਸੀਗੀ ਕਿਤਾਬ ਉਲ ਹਿੰਦ 27 ਨੰਬਰ ਕੁਐਸਚਨ ਹੈ ਸਾਡਾ ਕਹਿੰਦੇ ਵੀ ਗਜ਼ਨੀ ਦੇ ਮਹਿਮੂਦ ਨਾਲ ਭਾਰਤ ਆਉਣ ਵਾਲੇ ਪ੍ਰਸਿੱਧ ਇਤਿਹਾਸਕਾਰ ਕੌਣ-ਕੌਣ ਸੀ ਕਿਹੜੇ ਸੀਗੇ ਜਿਹੜੇ ਭਾਰਤ ਆਏ ਸੀ ਤਾਂ ਇਹ ਸਾਰੇ ਹੀ ਭਾਰਤ ਚ ਆਏ ਸੀਗੇ ਅਲਬਰੂਨੀ ਫਿਰਦौसी ਤੇ ਬਰਾਗੀ ਨੈਕਸਟ ਕਿਤਾਬੇ ਜਾਮਨੀ ਦਾ ਲੇਖਕ ਕੌਣ ਸੀ ਤਾਂ ਉਹ ਸੀ ਜੀ ਉਤਬੀ ਨੈਕਸਟ ਹੈ ਮੁਹੰਮਦ ਗੋਰੀ ਦਾ ਸ਼ਾਸਕ ਸੀ ਉਹ ਸੀ ਗੌਰ ਗੌਰ ਦਾ ਸ਼ਾਸਕ ਸੀ ਮੁਹੰਮਦ ਗੋਰੀ ਨੈਕਸਟ ਹੈ 3 ਨੰਬਰ ਕੁਐਸਚਨ ਕਹਿੰਦੇ ਵੀ ਮੁਹੰਮਦ ਗੋਰੀ ਨੇ ਪਹਿਲੀ ਵਾਰ ਭਾਰਤ ਤੇ ਹਮਲਾ ਕੀਤਾ ਤੋ ਕੀਤਾ ਸੀ 1175 ਏਡੀ ਦੇ ਵਿੱਚ ਠੀਕ ਹੈ ਜੀ ਸੋ ਮੋਸਟ ਇੰਪੋਰਟੈਂਟ ਜੋ ਐ एमसीक्यू ਨੇ ਉਹ ਮੈਂ ਤੁਹਾਨੂੰ ਕਰਵਾ ਦਿੱਤੇ ਨੇ ਸੋ ਸਾਰਿਆਂ ਨੇ ਇਸੇ ਤਰ੍ਹਾਂ ਵੀਡੀਓ ਨੂੰ ਵਧੀਆ ਧਿਆਨ ਦੇ ਨਾਲ ਦੇਖਣਾ ਅੰਜ ਤੁਹਾਨੂੰ ਆਉਣ ਵਾਲੇ ਜੋ ਵੀ ਕੰਪੀਟੀਟਿਵ ਇਗਜ਼ਾਮ ਹੈਗੇ ਹਰੇਕ ਦੇ ਵਿੱਚ ਇਹ ਕੁਸ਼ਨ ਕੰਮ ਦੇ ਸਕਣ ਠੀਕ ਹੈ ਇਸੇ ਤਰ੍ਹਾਂ ਤੁਹਾਡੇ ਲਈ ਵੱਤ ਤੋਂ ਵੱਧ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਵੀਡੀਓ ਨੂੰ ਵੱਤ ਤੋਂ ਵੱਧ ਲਾਈਕ ਐਂਡ ਸ਼ੇਅਰ ਕਰਦਾ ਕਰੋ ਅਣ ਜੋ ਚੀ ਨਹੀਂ ਸਮਝ ਆਉਂਦੀ ਉਹ ਕਮੈਂਟ ਕਰਕੇ ਪੁੱਛ ਲਿਆ ਕਰੋ ਥੈਂਕਸ ਫॉर ਵਾਚਿੰਗ